ਹੋ ਚੁੱਕੀ ਹੈ ਅੱਜ ਸਵੇਰੇ ਹੀ ਆਪਾਂ ਦੇਖਿਆ ਸੀਗਾ ਜਿਹੜਾ ਇਸ਼ਤਿਹਾਰ ਸੀਗਾ ਇੱਕ ਤੁਸੀਂ ਇਹ ਵਾਲਾ ਦੇਖਿਆ ਹੋਣਾ ਆਮ ਸ਼ੋਰ ਜਿਹੜਾ ਦਰ ਟ੍ਰਿਬਿਊਨ ਦੇ ਵਿੱਚ ਆਇਆ ਸੀਗਾ ਤੇ ਹੁਣ ਇਹਦੀ ਆਫੀਸ਼ੀਅਲ ਨੋਟੀਫਿਕੇਸ਼ਨ ਵੀ ਆਊਟ ਹੋ ਚੁੱਕੀ ਹੈ ਤੇ ਨੋਟੀਫਿਕੇਸ਼ਨ ਕਮਾਲ ਦੀ ਗੱਲ ਉਹੀ ਹੈ ਜਿਹੜੀ ਪਿਛਲੇ ਸਾਲ ਵਾਲੀ ਸੀਗੀ ਤੇ ਪੋਸਟਾ ਉਹਦੇ ਵਿੱਚ 1746 ਲਿਖਿਆ ਹੋਇਆ ਨੇ ਕਈਨ ਲੱਗ ਰਿਹਾ ਕਿ ਫੇਕ ਹੈ ਲੇਕਿਨ ਮੋਸਟ ਪ੍ਰੋਬੇਬਲੀ ਉਹੀ ਹੈ ਕਿ 1746 ਪੋਸਟਾ ਨੇ ਤੇ 54 ਪੋਸਟਾ ਜਿਹੜੀਆਂ ਨੇ ਉਹ ਸਪੋਰਟਸ ਕੈਟਾਗਰੀ ਦੀਆਂ ਹੋਣਗੀਆਂ ਤਾਂ ਇਸ ਸੈਸ਼ਨ ਦੇ ਵਿੱਚ ਅਗਲੇ 15 ਮਿੰਟਾਂ ਦੇ ਵਿੱਚ ਆਪਾਂ ਪੂਰੀ ਪੰਜਾਬ ਪੁਲਿਸ ਕਨਸਟੇਬਲ ਦੀ ਨੋਟੀਫਿਕੇਸ਼ਨ ਨੂੰ ਗੋ ਥਰੂ ਕਰਾਂਗੇ ਉਮਰ ਕੀ ਚਾਹੀਦੀ ਹੈ ਐਲੀਜੀਬਿਲਟੀ ਕੀ ਹੋਗੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਕੀ ਹੋਣਗੀਆਂ ਪੰਜਾਬੀ ਦੇ ਪੇਪਰ ਬਾਰੇ ਐਗਜ਼ਾਮ ਪੈਟਰਨ ਬਾਰੇ ਫਿਜ਼ੀਕਲ ਬਾਰੇ ਵੇਟਿੰਗ ਲਿਸਟ ਬਾਰੇ ਪੇਪਰ ਕੌਣ ਲਊਗਾ ਏ ਟੂ ਜ਼ेड ਚੀਜ਼ਾਂ ਆਪਾਂ ਇਸ ਵੀਡੀਓ ਵਿੱਚ ਸਟਾਰਟ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਹਰਨ ਮਹਾਦੇਵ ਸਵਾਗਤ ਹੈ ਸਾਰਿਆਂ ਦਾ ਪੰਜਾਬ ਬੱਡਾ 247 ਤੇ ਮੇਰਾ ਨਾਮ ਹੈ ਗਗਨ ਤਾਂ ਸ਼ੁਰੂ ਕਰਦੇ ਆ ਜੀ ਆਪਾਂ ਇੰਪੋਰਟੈਂਟ ਡੇਟਸ ਤੋਂ ਤਾਂ ਸਿੱਧੀ ਜੀ ਗੱਲ ਹੈ ਜੀ ਪੇਪਰ ਦੀ ਜਿਹੜੀ ਐਪਲੀਕੇਸ਼ਨ ਫਾਰਮ ਦੀ ਜਿਹੜੀ ਡੇਟ ਹੈ ਉਹ 14 ਮਾਰਚ ਨੂੰ ਯਾਨੀ ਕਿ ਵੀਰਵਾਰ ਵਾਲੇ ਦਿਨ ਸ਼ੁਰੂ ਹੋ ਰਹੀ ਹੈ ਤੇ ਖਤਮ ਹੋ ਰਿਹਾ ਇਹ 4 ਅਪ੍ਰੈਲ ਨੂੰ ਤਾਂ ਮੇਰੇ ਲਾਲੋ ਤੁਸੀਂ ਤੁਹਾਡੇ ਕੋਲ ਮੋٹے ਮੋٹے 20 ਕ ਦਿਨ ਤੁਹਾਨੂੰ ਫਾਰਮ ਭਰਨ ਨੂੰ ਦਿੱਤੇ ਜਾ ਰਹੇ ਨੇ ਮਤਲਬ ਕਿ ਅਪ੍ਰੈਲ ਚ ਨੋਟੀਫਿਕੇਸ਼ਨ ਜੇ ਖਤਮ ਹੋ ਰਹੀ ਹੈ ਸੌਰੀ ਐਪਲੀਕੇਸ਼ਨ ਮਤਲਬ ਕਰੰਟ ਅਫੇਅਰ ਆ ਜੋ ਪਿੱਛੇ 6-8 ਮਹੀਨੇ ਨਵੰਬਰ ਦਸੰਬਰ ਤੋਂ ਕਰ ਲਿਓ ਸ਼ੁਰੂ ਕਿਉਂਕਿ ਏਸ਼ੀਅਨ ਗੇਮ, ਵਰਲਡ ਕਪ ਖੇਡ ਰਤਨ ਇੰਪੋਰਟੈਂਟ ਨੇ। ਅਗਲਾ ਮੋਡ ਆਫ ਐਗਜ਼ਾਮ ਕੀ ਹੋਣ ਵਾਲਾ ਹੈ ਜੀ ਸਿੰਪਲ ਜੀ ਗੱਲ ਹੈ ਜੀ ਕੰਪਿਊਟਰ ਬੇਸਡ ਟੈਸਟ ਹੋਊਗਾ ਯਾਨੀ ਕਿ ਆਨਲਾਈਨ ਟੈਸਟ ਹੋਊਗਾ। ਪਹਿਲਾ ਟੈਸਟ ਹੋਊਗਾ ਉਹਦੇ ਜੇ ਸਿਲੈਕਟ ਹੋ ਜੂਗੇ ਤੁਹਾਡਾ ਫਿਜ਼ੀਕਲ ਹੋਊਗਾ ਤੇ ਉਸ ਤੋਂ ਬਾਅਦ ਜੇ ਤੁਸੀਂ ਫਿਜ਼ੀਕਲ ਜੀ ਵੀ ਤੁਸੀਂ ਪਾਸ ਹੋ ਜਾਂਦੇ ਹੋ ਤਾਂ ਤੁਹਾਡਾ ਡਾਕੂਮੈਂਟ ਵਗੈਰਾ ਜਦੋਂ ਉੱਤੇ ਹੀ ਹੋ ਜਾਂਦਾ ਫਿਰ ਮੈਰਿਟ ਲਿਸਟ ਆਊਗੀ। ਠੀਕ ਹੈ ਮੋਡ ਆਫ ਐਗਜ਼ਾਮ ਇਜ਼ ਆ ਅੱਗੇ ਪੋਸਟਾਂ ਕਿੰਨੀਆਂ ਨੇ ਤਾਂ ਜੀ ਦੋ ਕਾਰਡਰ ਹੁੰਦੇ ਨੇ ਪੰਜਾਬ ਪੁਲਿਸ ਦੇ ਵਿੱਚ ਠੀਕ ਹੈ ਵੈਸੇ ਤਾਂ ਹੋਰ ਵੀ ਹੁੰਦੇ ਨੇ ਇੰਟੈਲੀਜੈਂਸ ਕਾਰਡਰ ਵੀ ਹੁੰਦਾ ਇਨਵੈਸਟੀਗੇਸ਼ਨ ਕਾਰਡਰ ਵੀ ਹੁੰਦਾ ਲੇਕਿਨ ਇਸ ਵਾਰ ਇਹਨਾਂ ਨੇ ਇਹਨਾਂ ਦੋਨਾਂ ਤੇ ਕੱਢਿਆ 2023 ਵਿੱਚ ਵੀ ਸੇਮ ਕਾਰਡਰ ਤੇ ਕੱਢੀ ਸੀ ਤਾਂ ਜੀ ਡਿਸਟ੍ਰਿਕਟ ਪੁਲਿਸ ਕਾਰਡਰ ਦੇ ਵਿੱਚ 970 ਪੋਸਟਾਂ ਨੇ ਟੋਟਲ ਜਿਨ੍ਹਾਂ ਵਿੱਚੋਂ ਕੁੜੀਆਂ ਲਈ ਰਿਜ਼ਰਵਡ ਨੇ 317 ਮਤਲਬ ਕਿ ਇਹਨਾਂ 317 ਸੀਟਾਂ ਉੱਤੇ ਕੁੜੀਆਂ ਹੀ ਰਹਿਣਗੀਆਂ ਠੀਕ ਹੈ ਤੇ ਆਮ ਪੁਲਿਸ ਕਾਟਰ ਦੇ ਵਿੱਚ 776 ਪੋਸਟਾਂ ਨੇ ਤੇ ਉਹਨਾਂ ਵਿੱਚੋਂ ਕੁੜੀਆਂ ਦੀ ਨੇ 253 ਯਾਨੀ ਕਿ ਇਹਨਾਂ 253 ਉੱਤੇ ਕੁੜੀਆਂ ਹੀ ਰਹਿਣਗੀਆਂ ਇਹਨਾਂ ਗੱਲ ਦਾ ਆਪਾਂ ਰੱਖਾਂਗੇ ਧਿਆਨ ਖਾਸ ਵੈਰੀ ਇੰਪੋਰਟੈਂਟ ਠੀਕ ਹੈ ਜੀ ਤਾਂ ਕੱਟਆਫ ਤਾਂ ਹੀ ਹਾਈ ਜਾਂਦੀ ਹੈ ਮੁੰਡਿਆਂ ਦੀ ਕਿਉਂਕਿ ਇਹ ਵਾਲੀ ਸੀਟਾਂ ਉੱਤੇ ਕੁੜੀਆਂ ਓਬਵੀਅਸਲੀ ਗੱਲ ਹੈ ਸੀਟ ਆਪਣੀ ਲੈ ਲੈਂਦੀਆਂ ਨੇ ਅਗਲੇ ਚਲਦੇ ਆ ਤਨਖਾਹ ਦੀ ਗੱਲ ਕਰਦੇ ਆ ਤਾਂ ਤਨਖਾਹ ਵਿੱਚੋ ਸੇਮ ਹੈ ਜੀ ਪਿਛਲੇ ਵਾਰ ਜਿੰਨੀ ਸੀਗੀ 19900 19900 3 ਸਾਲ ਤੱਕ ਜਿਹਨੂੰ ਅਸੀਂ ਪ੍ਰੋਬੇਸ਼ਨ ਐਕਚੁਅਲੀ ਕਹਿੰਦੇ ਆ ਤਾਂ ਜੀ 19900 ਜਦੋਂ ਤੋਂ ਤੁਹਾਡੀ ਜੁਆਇਨਿੰਗ ਹੋਗੀ ਉਹ ਤੋਂ ਲੈ ਕੇ ਅਗਲੇ 3 ਸਾਲਾਂ ਤੱਕ ਤੁਹਾਡੀ 19900 ਤਨਖਾਹ ਹੋਊਗੀ ਉਸ ਤੋਂ ਬਾਅਦ ਤੁਹਾਡੀ ਆਬਵੀਅਸਲੀ ਗੱਲ ਹੈ ਅਕੋਰਡਿੰਗ ਟੂ ਸਕੇਲ ਜਿਹੜਾ ਜੋ ਵੀ ਹੋਇਆ ਉਹ ਵੱਧਦੀ ਜਾਊਗੀ ਠੀਕ ਹੈ ਗੱਲ ਆਪਣੀ ਚਲੋ ਅਗਲੇ ਚਲਦੇ ਆਪਾਂ ਹੁਣ ਉਮਰ ਦੀ ਗੱਲ ਕਰਦੇ ਆ ਉਮਰ ਦਾ ਬਹੁਤ ਛੜਾ ਜ਼ਿਆਦਾ ਪ੍ਰੋਬਲਮ ਸੀ ਬੱਚਿਆਂ ਨੂੰ ਤਾਂ ਉਮਰ ਸੀਮਾ ਬੱਚੇ ਸੇਮ ਰੱਖੀ ਹੈ ਜਿਹੜੀ ਪਿਛਲੇ ਸਾਲ ਸੀਗੀ ਜੇ ਜਨਰਲ ਕੈਟੇਗਰੀ ਤੋਂ ਬਿਲੋਂਗ ਕਰਦੇ ਹੋ ਭਾਵੇਂ ਮੁੰਡੇ ਹੋ ਤੁਸੀਂ ਭਾਵੇਂ ਕੁੜੀ ਹੋ ਤਾਂ 18 ਤੋਂ 28 ਸਾਲ ਤੁਹਾਡੀ ਏਜ ਹੋਗੀ ਮਿਨੀਮਮ 18 ਮੈਕਸਿਮਮ 28 ਲੇਕਿਨ ਕਿਹੜੀ ਤਾਰੀਖ ਤੱਕ ਹੁਣ ਕਈ ਸਾਰੇ ਮੇਰੇ ਵੀਰ ਭਰਾ ਐਦਾਂ ਦੇ ਹੋਣਗੇ ਜਿਹੜੇ ਜਨਵਰੀ 2 ਨੂੰ 29 ਸਾਲ ਦੇ ਹੋਗੇ ਕਿ ਆ ਉਹ ਭਰ ਸਕਦੇ ਨੇ ਫਾਰਮ ਨਹੀਂ ਕਿਉਂਕਿ ਇਹਨਾਂ ਨੇ ਕੱਟਆਫ ਡੇਟ ਰੱਖੀ ਹੋਈ ਹੈ 1 ਜਨਵਰੀ ਦੀ ਵੀ 1 ਜਨਵਰੀ ਤੋਂ ਪਹਿਲਾਂ ਪਹਿਲਾਂ ਤੁਸੀਂ 18 ਤਰੀਕ ਦੇ ਹੋ ਸਕਦੇ ਹੋ ਯਾਨੀ ਕਿ 1 ਜਨਵਰੀ ਨੂੰ ਵੀ ਤੁਸੀਂ 18 ਦੇ ਹੋ ਸਕਦੇ ਹੋ ਜਾਂ ਜ਼ਿਆਦਾ ਤੋਂ ਜ਼ਿਆਦਾ ਤੁਸੀਂ 28 ਦੇ ਹੋ ਸਕਦੇ ਹੋ ਹੈਨਾ ਮਤਲਬ ਤੁਸੀਂ ਮੰਨ ਲਓ ਤੁਹਾਡਾ ਬਰਥਡੇ ਹੈ 2 ਜਨਵਰੀ ਦਾ ਰਿਹਾ ਤੁਹਾਡਾ ਬਰਥਡੇ ਯਾਨੀ ਕਿ 1 ਜਨਵਰੀ ਤੱਕ ਤੁਹਾਡੀ ਉਮਰ ਕੀ ਰਹੀ 28 ਮਤਲਬ ਤੁਸੀਂ ਇਹ ਫਾਰਮ ਭਰ ਦੋਗੇ ਸਮਝ ਗਏ ਗੱਲ ਪਹਿਲੀ ਵਾਲੀ ਗੱਲ ਛੱਡ ਦਿਓ ਜਿਹੜੀ ਮੈਂ ਕਹੀ ਜੇ ਤੁਹਾਡਾ ਜਨਮ ਦਿਨ ਹੈ 2 ਤਰੀਕ ਦਾ 2 ਜਨਵਰੀ ਦਾ ਤੇ 1 ਜਨਵਰੀ ਤੱਕ ਤੁਹਾਡੀ ਉਮਰ 28 ਰਹੀ ਹੈ ਤਾਂ ਤੁਸੀਂ ਫਾਰਮ ਭਰ ਸਕਦੇ ਹੋ ਤਾਂ ਇਹ ਹੈ ਜੀ ਉਮਰ ਸੀਮਾ ਜੇ ਤੁਸੀਂ ਐਸਸੀ ਜਾਂ ਫਿਰ ਕਿਸੇ ਬੀਸੀ ਜਾਂ ਫਿਰ ਹੋਰ ਕਿਸੇ ਕਾਸਟ ਤੋਂ ਬਿਲੋਂਗ ਕਰਦੇ ਹੋ ਤਾਂ ਜੀ ਤੁਹਾਡੀ ਉਮਰ ਸੀਮਾ ਪਲੱਸ 5 ਵੱਧ ਜਾਂਦੀ ਹੈ ਮਤਲਬ ਕਿ 18 ਟੂ 33 33 ਸਾਲਾਂ ਦੀ ਉਮਰ ਤੱਕ ਤੁਸੀਂ ਇਹ ਫਾਰਮ ਭਰ ਸਕਦੇ ਹੋ ਮਤਲਬ 33 ਸਾਲਾਂ ਤੱਕ ਦਾ ਬੱਚਾ ਇਹ ਫਾਰਮ ਭਰ ਸਕਦਾ ਹੈ ਅੱਗੇ ਚੱਲਦੇ ਆਪਾਂ ਹੁਣ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੀ ਗੱਲ ਕਰ ਲੈਣੇ ਆ ਕਿ ਕਿਹੜਾ ਬੱਚਾ ਪੇਪਰ ਦੇ ਸਕਦਾ ਤਾਂ ਜੀ 12ਵੀਂ ਕੀਤੀ ਹੋਣੀ ਚਾਹੀਦੀ ਹੈ ਬਸ ਜੇ ਤੁਸੀਂ ਐਕਸ ਸਰਵਿਸਮੈਨ ਹੋ ਤਾਂ 10ਵੀਂ ਕੀਤੀ ਹੋਣੀ ਚਾਹੀਦੀ ਹੈ ਬਸ ਇਹ ਦੋ ਗੱਲਾਂ ਨੇ 12ਵੀਂ ਜੇ ਨਾਰਮਲ ਬੱਚਾ ਹੈ ਮਤਲਬ ਜਿਹੜਾ ਜਨਰਲ ਵਾਲਾ ਬੱਚਾ ਐਸਸੀ ਵਾਲਾ ਬੀਸੀ ਵਾਲਾ ਜਿਹੜਾ ਐਕਸ ਸਰਵਿਸਮੈਨ ਨਹੀਂ ਹੈ ਜੇ ਤੁਸੀਂ ਐਕਸ ਸਰਵਿਸਮੈਨ ਹੋ ਤਾਂ ਸਿੰਪਲ ਜੀ ਗੱਲ ਹੈ ਤੁਹਾਡੀ 10ਵੀਂ ਹੋ ਜੂਗੀ ਬੜੀ ਸਿੰਪਲ ਗੱਲ ਹੈ ਅਗਲੇ ਚੱਲਦੇ ਆਪਾਂ ਹੁਣ ਪੰਜਾਬੀ ਕੁਆਲੀਫਿਕੇਸ਼ਨ ਤਾਂ ਪਹਿਲਾ ਕੀ ਹੁੰਦਾ ਸੀਗਾ ਕਿ ਤੁਹਾਡੀ ਪੰਜਾਬੀ ਕੁਆਲੀਫਾਈ ਹੋਣੀ ਚਾਹੀਦੀ ਹੈ ਮਤਲਬ ਕਿ ਜਦੋਂ ਤੁਹਾਡੀ ਡਾਕੂਮੈਂਟੇਸ਼ਨ ਹੁੰਦੀ ਸੀ ਉਦੋਂ ਤੁਹਾਡੇ ਕੋਲ ਪੰਜਾਬੀ ਕੁਆਲੀਫਾਈਂਗ ਦਾ ਪੇਪਰ ਹੋਣਾ ਚਾਹੀਦਾ ਸੀ ਲੇਕਿਨ ਇਹਨਾਂ ਨੇ ਕੀ ਕਿਹਾ ਯਾ ਤਾਂ ਤੁਹਾਡੀ 10ਵੀਂ ਚ ਪੰਜਾਬੀ ਹੋਣੀ ਚਾਹੀਦੀ ਹੈ ਜਾਂ ਫਿਰ ਤੁਸੀਂ ਕਿਸੇ ਅਦਰ ਸਟੇਟ ਤੋਂ ਹੋ ਜਾਂ ਫਿਰ ਜੇ ਪੰਜਾਬ ਤੋਂ ਹੀ ਹੋ ਤੇ ਤੁਸੀਂ ਪੰਜਾਬੀ ਕੁਆਲੀਫਾਈਂਗ ਦਾ ਤੁਸੀਂ ਪੇਪਰ ਲਿਆ ਹੋਇਆ ਹੈ ਨਾ ਜੇ ਤੁਸੀਂ ਪੰਜਾਬੀ ਕੁਆਲੀਫਾਈਂਗ ਦਾ ਪੇਪਰ ਲਿਆ ਸੀ ਜਿੱਦਾਂ ਕਿ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਵਗੈਰਾ ਲੈਂਦਾ ਹੈ ਤਾਂ 1 ਜਨਵਰੀ 2024 ਤੋਂ ਪਹਿਲਾਂ ਪਹਿਲਾਂ ਤੁਹਾਡਾ ਪੰਜਾਬੀ ਕਲੀਅਰ ਹੋਣਾ ਚਾਹੀਦਾ ਹੈ ਮਤਲਬ ਹੁਣ ਜਿਹੜਾ ਬੱਚਾ ਪੇਪਰ ਭਰੂਗਾ ਪੰਜਾਬੀ ਕੁਆਲੀਫਾਈਂਗ ਦਾ ਸੋਚ ਰਿਹਾ ਹੋਊਗਾ ਕਿ ਸਰ ਡਾਕੂਮੈਂਟੇਸ਼ਨ ਤਾਂ ਦੇਖੋ ਸਤੰਬਰ ਅਕਤੂਬਰ ਚ ਹੋਊਗੀ ਮੈਂ ਪੰਜਾਬੀ ਕੁਆਲੀਫਾਈਂਗ ਪੇਪਰ ਪਾਸ ਕਰ ਲੈਣਾ ਥੋੜੀ ਸਿਲੈਕਸ਼ਨ ਨਹੀਂ ਕਿਉਂਕਿ ਇਹਨਾਂ ਨੇ ਕਟ-ਆਫ ਡੇਟ ਦਿੱਤੀ ਹੈ ਦੀ ਵੀ 1 ਜਨਵਰੀ ਕਹਿੰਦੇ 1 ਜਨਵਰੀ ਆ ਉਸ ਤੋਂ ਪਹਿਲਾਂ ਪਹਿਲਾਂ ਤੁਹਾਡਾ ਪੰਜਾਬੀ ਕੁਆਲੀਫਾਈਂਗ ਪੇਪਰ ਪਾਸ ਹੋਣਾ ਚਾਹੀਦਾ ਹੈ ਤੁਸੀਂ ਨਵਾਂ ਨਹੀਂ ਪਰ ਸਕਦੇ ਠੀਕ ਹੈ ਧਿਆਨ ਰੱਖਣੀ ਪੰਜਾਬੀ ਕੁਆਲੀਫਾਈਂਗ 10th ਪੰਜਾਬੀ ਇੰਪੋਰਟੈਂਟ ਅਗਲਾ ਹੁਣ ਫਿਜ਼ੀਕਲ ਸਟੈਂਡਰਡ ਦੀ ਗੱਲ ਕਰ ਸਕਦੇ ਆ ਤਾਂ ਦੋਨੇ ਡਿਸਟ੍ਰਿਕਟ ਤੇ ਆਰਮਡ ਪੁਲਿਸ ਕਾਡਰਾਂ ਚ ਮੁੰਡਿਆਂ ਦੀ ਹਾਈਟ 5 ਫੁੱਟ 7 ਇੰਚ ਹੈ ਤੇ ਕੁੜੀਆਂ ਦੀ ਹਾਈਟ 5 ਫੁੱਟ 2 ਇੰਚ ਹੈ ਠੀਕ ਹੈ ਜੀ ਸਿੰਪਲ ਅਗਲਾ ਹੁਣ ਸਿਲੈਕਸ਼ਨ ਪ੍ਰੋਸੈਸ ਚ ਕੀ ਹੋਊਗਾ ਤਾਂ ਜੀ ਤਿੰਨ ਸਟੇਜਾਂ ਚ ਸਿਲੈਕਸ਼ਨ ਪ੍ਰੋਸੈਸ ਦਿੱਤਾ ਗਿਆ ਜੀ ਪਹਿਲਾ ਸਟੇਜ ਹੋਊਗਾ ਜਿੱਦੇ ਵਿੱਚ ਤੁਹਾਡਾ ਟੈਸਟ ਹੋਊਗਾ ਆਨਲਾਈਨ ਟੈਸਟ ਹੋਊਗਾ 150 ਨੰਬਰਾਂ ਦਾ ਦੂਜਾ ਟੈਸਟ ਹੋਊਗਾ ਤੁਹਾਡਾ ਫਿਜ਼ੀਕਲ ਤੇ ਤੀਜੇ ਸਟੈਪ ਚ ਹੋਊਗੀ ਤੁਹਾਡੀ ਡਾਕੂਮੈਂਟੇਸ਼ਨ 1 2 3 ਟੈਸਟ ਫਿਜ਼ੀਕਲ ਡਾਕੂਮੈਂਟ ਕਲੀਅਰ ਹੈ ਚਲੋ ਅਗਲੇ ਚੱਲਦੇ ਆਪਾਂ ਹੁਣ ਪਹਿਲੇ ਟੈਸਟ ਵਿੱਚ ਕੀ ਹੈ ਜਿਹੜਾ ਸਟੈਪ ਸਟੇਜ 1 ਹੈ 100 ਸਵਾਲ ਹੋਣਗੇ ਹਰ ਸਵਾਲ 1 ਨੰਬਰ ਦਾ ਨਾਲ ਹੋਊਗਾ ਇੱਕ ਪੇਪਰ 2 ਜਿਹੜਾ ਹੋਊਗਾ ਸਿਰਫ ਪੰਜਾਬੀ ਕੁਆਲੀਫਾਈਂਗ ਦਾ ਬੇਸਿਕ ਪੇਪਰ ਮਤਲਬ ਸਿਰਫ 100 ਸਵਾਲ ਹੋਣਗੇ ਉਹਦੇ ਵਿੱਚ ਤੇ 100 ਵਿੱਚੋਂ 50 ਸਵਾਲ ਤੁਹਾਨੂੰ ਸਹੀ ਕਰਨੇ ਪੈਣੇ ਨਹੀਂ ਸੌਰੀ ਉਲਟਾ ਕਹਿ ਗਿਆ ਮੈਂ ਸੌਰੀ ਮਾਫ ਕਰਿਓ 50 ਸਵਾਲ ਹੋਣਗੇ ਇਹਦੇ ਵਿੱਚ ਤੇ ਤੁਹਾਨੂੰ 25 ਸਵਾਲ ਸਹੀ ਕਰਨੇ ਪੈਣੇ ਮਤਲਬ ਕਿ 50% ਨੰਬਰ ਆਣੇ ਇਹਦੇ ਨੰਬਰ ਕਾਊਂਟ ਨਹੀਂ ਹੋਣਗੇ 50 ਕੁਐਸਚਨਸ ਆਣਗੇ ਪੰਜਾਬੀ ਭਾਸ਼ਾ ਦੇ ਤੁਸੀਂ 50 ਵਿੱਚੋਂ 26 ਨੰਬਰ ਲਿਆਓ ਤੁਸੀਂ 50 ਵਿੱਚੋਂ 31 ਨੰਬਰ ਲਿਆਓ ਤੁਸੀਂ 50 ਵਿੱਚੋਂ 50 ਨੰਬਰ ਲਿਆਓ ਉਹ ਨੰਬਰ ਕਾਊਂਟ ਨਹੀਂ ਹੋਊਗਾ ਕਿਉਂਕਿ ਉਹ ਹੈ ਪੰਜਾਬੀ ਕੁਆਲੀਫਾਈਂਗ ਦਾ ਤਾਂ 100 ਨੰਬਰ ਦਾ ਪੇਪਰ ਜਿਹੜਾ ਮੈਰਿਟ ਵਿੱਚ ਹੋਊਗਾ ਤੇ 50 ਨੰਬਰ ਦਾ ਪੇਪਰ ਜਿਹੜਾ ਪੰਜਾਬੀ ਕੁਆਲੀਫਾਈਂਗ ਹੋਊਗਾ ਉਹ ਇਕੱਠੇ ਹੀ ਹੁੰਦਾ ਹੈ ਪੇਪਰ ਠੀਕ ਹੈ ਹੁਣ ਦੇਖਦੇ ਜਿਹੜਾ 100 ਨੰਬਰ ਦਾ ਪੇਪਰ ਆਊਗਾ ਕੀ ਕੁਝ ਤਾਂ ਜੀ 2 ਘੰਟਿਆਂ ਦਾ ਪੇਪਰ ਹੋਣ ਵਾਲਾ ਹੈ ਯਾਨੀ ਕਿ 120 ਮਿੰਟ ਮਿਲਣ ਵਾਲੇ ਨੇ ਤੇ ਤੁਹਾਨੂੰ 100 ਸਵਾਲ ਸੋਲਵ ਕਰਨੇ ਨੇ ਯਾਨੀ ਕਿ ਤੁਹਾਨੂੰ 1 ਮਿੰਟ ਤੋਂ ਥੋੜਾ ਜਿਆਦਾ ਜ਼ਿਆਦਾ ਟਾਈਮ ਮਿਲ ਰਿਹਾ ਹੈ ਜੀ ਹਰ ਸਵਾਲ ਸੋਲਵ ਕਰਨ ਲਈ ਤੇ ਜਨਰਲ ਅਵੇਅਰਨੈਸ ਦੀ ਗੱਲ ਕਰਦੇ ਆਪਾਂ ਜੀਕੇ ਦੀ ਤਾਂ ਇਹਦੇ ਵਿੱਚ ਹਿਸਟਰੀ ਪੋਲੀਟੀ ਜੀਓਗ੍ਰਾਫੀ ਕਰੰਟ ਅਫੇਅਰ ਸਾਇੰਸ ਕਨਸਟੀਟਿਊਸ਼ਨ ਪੋਲੀਟੀ ਸਭ ਕੁਝ ਮਿਲਾ ਕੇ 35 ਨੰਬਰਾਂ ਦਾ ਹੈ ਇਹਦੇ ਵਿੱਚੋਂ 10 ਕੁ ਨੰਬਰ ਤਾਂ ਤੁਹਾਡਾ ਕਰੰਟ ਅਫੇਅਰ ਆ ਜਾਊਗਾ ਬਾਕੀ 15 ਨੰਬਰ ਤਾਂ ਸਾਰਾ ਕੁਝ ਮਿਕਸ ਹੀ ਆਉਂਦਾ ਹੈ ਮੈਥ ਦੇਖਦੇ ਆ ਦੇਖੋ ਇਹਨਾਂ ਨੇ ਪ੍ਰੋਪਰ ਦਿੱਤਾ ਇਸ ਵਾਰ ਸਿਲੇਬਸ ਐਵਰੇਜ ਡੈਸੀਮਲ ਰੇਸ਼ੋ ਪਰਸੈਂਟੇਜ ਪ੍ਰੋਫਿਟ ਲਾਸ ਸਿੰਪਲ ਇੰਟਰਸਟ ਟਾਈਮ ਐਂਡ ਵਰਕ ਬਾਰ ਗਰਾਫ ਤੇ ਲਾਈਨ ਗਰਾਫ ਇਹ ਬੀ ਨੰਬਰ ਦਾ ਹੋਊਗਾ ਰੀਜ਼ਨਿੰਗ ਦੀ ਗੱਲ ਕਰਦੇ ਬੱਚੋ ਰੀਜ਼ਨਿੰਗ ਵੀ ਨੰਬਰ ਲੈਟਰ ਸੀਰੀਜ਼ ਸੀਕਵੈਂਸੀ ਸਟੇਟਮੈਂਟ ਪੈਟਰਨ ਇਹ ਸਾਰਾ ਕੁਝ ਮਿਲਾ ਕੇ ਵੀ ਇਹ ਕਿੰਨੇ ਨੰਬਰ ਦਾ ਹੋ ਗਿਆ ਇਹ ਵੀ 20 ਨੰਬਰ ਦਾ ਹੋ ਗਿਆ ਇਹਨੂੰ ਮੈਂ ਸਾਈਡ ਹਟਾ ਦੇਣਾ ਤੁਸੀਂ ਆਰਾਮ ਨਾਲ ਇੱਕ ਵਾਰ ਸਿਲੇਬਸ ਤੇ ਨਿਗਾਹ ਮਾਰੋ ਠੀਕ ਹੈ ਆਰਡਰ ਰੈਂਕਿੰਗ ਪੈਟਰਨ ਕੰਪਲੀਸ਼ਨ ਸਟੇਟਮੈਂਟ ਕਨਕਲੂਜਨ ਸੀਕਵੈਂਸਿੰਗ ਨੰਬਰ ਐਂਡ ਲੈਟਰ ਸੀਰੀਜ਼ ਅਗਲਾ ਤੇ ਨਾਲ ਡਿਸਟੈਂਟ ਇੰਟਰੈਕਸ਼ਨ ਦੇ ਰਿਲੇਸ਼ਨਸ਼ਿਪ ਰਹਿ ਗਿਆ ਸੀ ਫਿਰ ਅੰਗਰੇਜ਼ੀ ਸਿਰਫ 10 ਨੰਬਰ ਆਦੀ ਹੈ ਰੀਡਿੰਗ ਕੰਪਰੀਹੈਂਸ਼ਨ ਪੰਜਾਬੀ ਟੂ ਇੰਗਲਿਸ਼ ਟਰਾਂਸਲੇਸ਼ਨ ਸੈਂਟੈਂਸ ਦੀ ਰੀਅਰੇਂਜਮੈਂਟ ਹੁੰਦਾ ਹੈ 에ਰਰ ਸਪਾਟ ਕਰਨੇ ਫਿਲ ਇਨ ਦਾ ਬਲੈਂਕ ਸਪੈਲਿੰਗ ਦੀ ਕਰੈਕਸ਼ਨ ਵੋਕੈਬਲਰੀ ਯਾਨੀ ਕਿ ਸਿਨੋਨੀਮ ਐਂਟੋਨਿਮ ਅਪੋਜ਼ਿਟ ਵਰਡ ਸੇਮ ਵਰਡ ਵਰਡ ਮੀਨਿੰਗ ਫਿਰ 10 ਨੰਬਰਾਂ ਦੀ ਪੰਜਾਬੀ ਅਲੱਗ ਤੋਂ ਹੈ ਇਹ ਹੋਗੀ ਕਾਊਂਟ ਇੱਕ ਤਾਂ ਪੰਜਾਬੀ ਕੁਆਲੀਫਾਈਂਗ ਹੈ ਜਿਹੜੇ 50 ਸਵਾਲ ਹੋਣਗੇ 50 ਨੰਬਰ ਦੇ 25 ਤੁਹਾਨੂੰ ਲੈ ਕੇ ਆਣੇ ਨੇ ਇਹ ਪੰਜਾਬੀ ਮੈਰਿਟ ਵਾਲੇ ਸ਼ੁੱਧ ਤੇ ਅਸ਼ੁੱਧ ਸ਼ਬਦ ਸਮਾਨਾਰਥਕ ਪੰਜਾਬੀ ਅਖਾਣ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਬਹੁਤ ਸਬਦਾ ਦੀ ਥਾਏ ਖੰਡ ਅੰਡਠਾ ਪੈਰਾ ਬਹੁਤ ਹੀ ਸਿੰਪਲ ਜਿਹਾ ਸਿਲੇਬਸ ਦੱਸਿਆ ਤੁਹਾਡੇ ਸਾਹਮਣੇ ਠੀਕ ਹੈ ਕਿ ਡਿਜੀਟਲ ਅਵੇਅਰਨੈਸ ਯਾਨੀ ਕਿ ਕੰਪਿਊਟਰ ਦੀ ਗੱਲ ਕਰ ਸਕਦੇ ਸਿਰਫ 5 ਨੰਬਰ ਲੇਕਿਨ ਫ੍ਰੀ ਦੇ ਨੰਬਰ ਹੁੰਦੇ ਨੇ ਇਹ ਫੰਡਾਮੈਂਟਲ ਆਫ ਕੰਪਿਊਟਰ MS ਆਫਿਸ ਵਰਡ ਤੇ ਪਾਵਰਪੁਆਇੰਟ ਪੜ੍ਹਨਾ ਹੈ ਐਕਸਲ ਹੈ ਹੀ ਨਹੀਂ ਲਿਖਿਆ ਇਹਨਾਂ ਨੇ ਇੰਟਰਨੈਟ www ਵੈਬ ਸਰਚ ਇੰਜਨ Google Microsoft ਸਭ ਕੁਝ ਈਮੇਲ ਕਮਿਊਨੀਕੇਸ਼ਨ ਤੇ ਮੋਬਾਈਲ ਫੋਨ ਬਾਰੇ ਬੇਸਿਕ ਜੀ ਨੌਲੇਜ ਇਹ ਹੋਊਗਾ ਤੁਹਾਡਾ ਜੀ ਐਗਜ਼ਾਮ ਪੈਟਰਨ ਦੇਖਿਓ ਕੀ ਹੈ 35 ਨੰਬਰ ਦੀ ਜੀਕੇ ਆ ਰਹੀ ਹੈ 20 ਨੰਬਰ ਦੀ ਮੈਥ ਆ ਰਹੀ ਹੈ 20 ਨੰਬਰ ਦੀ ਰੀਜ਼ਨਿੰਗ ਆ ਰਹੀ ਹੈ 10 ਨੰਬਰ ਦੀ ਅੰਗਰੇਜ਼ੀ 10 ਦੀ ਪੰਜਾਬੀ ਤੇ 5 ਦੇ ਕੰਪ 2 ਘੰਟੇ 100 ਨੰਬਰ 100 ਸਵਾਲ ਅਗਲਾ ਚਲਦੇ ਹਾਂ ਹੁਣ ਪੇਪਰ 1 ਤੋਂ ਬਾਅਦ ਮੈਂ ਜਿੱਦਾਂ ਕਿਹਾ ਤੁਹਾਨੂੰ 1 ਘੰਟੇ ਦਾ ਬੱਚੇ ਉਹ 50 ਸਵਾਲ ਹੋਣਗੇ ਤੁਹਾਨੂੰ ਬਸ 50% ਨੰਬਰ ਲੈਣੇ ਨੇ ਯਾਨੀ ਕਿ 50 ਵਿੱਚੋਂ ਤੁਸੀਂ ਬਸ 25 ਨੰਬਰ ਲੈ ਕੇ ਆਣੇ ਨੇ 댓 ਇਜ਼ ਇਟ ਠੀਕ ਹੈ ਇਸ ਤੋਂ ਬਾਅਦ ਤਾਂ ਨਹੀਂ ਆਉ ਬੱਚੇ ਆ ਤੱਕ ਹੀ ਨੋਟੀਫਿਕੇਸ਼ਨ ਹੋਰ ਕਿੰਨੀਆਂ ਨੋਟੀਫਿਕੇਸ਼ਨ ਲੈ ਆਉਗੇ ਅਗਲਾ ਹੁਣ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰ ਲੈਣੇ ਆ ਪਹਿਲੀ ਗੱਲ 네ਗੇਟਿਵ ਮਾਰਕਿੰਗ ਨਹੀਂ ਹੈ ਐਸ਼ ਕਰੋ 100 ਦੇ 100 ਸਵਾਲ ਕਰਕੇ 100 ਦਾ 100 ਕਰਕੇ ਡਰੀ ਨਹੀਂ ਹੈ ਤਾਂ ਹੀ ਤਾਂ ਇਹਨਾਂ ਦੀ ਕਟਆਫ ਹਾਈ ਜਾਂਦੀ ਹੈ ਹੁਣ ਪਿਛਲੇ ਸਾਲ ਜਿਹੜੀ ਪੇਪਰ ਪਾਸ ਕਰਕੇ ਜਿਹੜੇ ਬੱਚੇ ਫਿਜ਼ੀਕਲ ਦੇਣ ਗਏ ਸੀ ਪਤਾ ਕਿੰਨੀ ਕਟਆਫ ਦੀ ਜਨਰਲ ਦੀ ਮੁੰਡਿਆਂ ਦੀ 70 ਲੇਕਿਨ ਫਾਈਨਲ ਸਿਲੈਕਸ਼ਨ ਦੇ ਕਟਆਫ ਕਿੰਨੀ ਸੀ 77 ਕਿਉਂਕਿ 네ਗੇਟਿਵ ਮਾਰਕਿੰਗ ਤਾਂ ਹੈ ਹੀ ਨਹੀਂ ਤਾਂ ਪਿਛਲੇ ਸਾਲ 1746 ਪੋਸਟਾਂ ਸੀਗੀਆਂ ਇਸ ਵਾਰ ਵੀ ਉਨੀਆਂ ਨੇ ਟੋਟਲ 2.5 ਲੱਖ ਬੱਚੇ ਨੇ ਪੇਪਰ ਭਰਿਆ ਸੀਗਾ ਤੇ ਇਸ ਵਾਰ ਅਸੀਂ 2.5 ਲੱਖ ਤੋਂ ਜ਼ਿਆਦਾ ਹੀ ਐਕਸਪੈਕਟ ਕਰ ਰਹੇ ਹਾਂ ਤਾਂ ਦੇਖ ਕੇ ਚੱਲਿਓ ਕਟਆਫ ਆਪਣੀ ਹਾਈ ਹੀ ਜਾਊਗੀ ਕਿਉਂਕਿ ਸਿੰਪਲ ਜੀ ਗੱਲ ਹੈ 12ਵੀ ਆਵੇਂ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਤੁਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਪੇਪਰ ਲੈਣ ਵਾਲੇ ਨੇ ਤਾਂ ਉਸੇ ਲੈਵਲ ਦਾ ਪੇਪਰ ਪਾਣਾ ਨਾ ਜਿੱਦਾਂ ਤੇ ਉਹ ਬੱਚਾ ਐਕਸਪੈਕਟ ਕਰਦਾ ਹੈ ਤਾਂ ਕੱਟਆਫ ਹਜੇ ਵੀ ਹਾਈ ਹੀ ਜਾਊਗੀ ਤਿਆਰੀ ਆਪਣੀ ਵਧੀਆ ਹੋਣੀ ਚਾਹੀਦੀ ਆ ਅਗਲਾ ਸਟੇਜ 2 ਵਿੱਚ ਕੀ ਕੁਝ ਹੈ ਫਿਜ਼ੀਕਲ ਸਕਰੀਨਿੰਗ ਟੈਸਟ ਹੈ ਫਿਜ਼ੀਕਲ ਮੈਜ਼ਰਮੈਂਟ ਟੈਸਟ ਹੈ ਯਾਨੀ ਕਿ ਦੌੜ ਹੋਗੀ ਲੌਂਗ ਜੰਪ ਹੋਗੀ ਹਾਈ ਜੰਪ ਹੋਗੀ ਤੇ ਤੁਹਾਡੀ ਹਾਈਟ ਕਾਊਂਟ ਹੋਗੀ ਆ ਉਹ ਦੇਖਦੇ ਆਪਾਂ ਕੀ ਕੁਝ ਹੈ ਜਿਹੜੇ ਮੁੰਡੇ ਨੇ ਇਨਕਲੂਡਿੰਗ ਐਕ ਸਰਵਿਸਮੈਨ ਲੈਸ ਦੈਨ 35 ਸਾਲ ਦੀ ਏਜ ਮੁੰਡੇ ਤੇ ਐਕ ਸਰਵਿਸਮੈਨ ਜਿਹੜੇ 35 ਸਾਲ ਤੋਂ ਘੱਟ ਉਮਰ ਦੇ ਨੇ ਹੈਨਾ ਮੁੰਡੇ ਜਿਹੜੇ 35 ਸਾਲ ਤੋਂ ਘੱਟ ਮੁੰਡੇ ਨੇ ਤੇ ਨਾਲ ਨਾਲ ਕਿਉ ਸਰ ਉਹ ਹੋ ਰਿਹਾ ਮੈਂ ਯਾਰ ਡਿਸਟਰੈਕਟ ਮੁੰਡੇ ਨੇ ਤੇ ਨਾਲ ਨਾਲ ਐਕ ਸਰਵਿਸਮੈਨ ਨੇ ਜਿਹੜੇ 35 ਸਾਲਾਂ ਤੋਂ ਘੱਟ ਉਮਰ ਦੇ ਨੇ ਹੈਨਾ ਉਹਨਾਂ ਲਈ 1600 ਮੀਟਰ ਦੀ ਰੇਸ ਕਰਨੀ ਹੈ 30 ਸੈਕਿੰਡ ਦੇ ਵਿੱਚ ਸਿਰਫ ਇੱਕ ਚਾਂਸ ਹੈ ਇੱਕ ਵਾਰ ਚ ਭੱਜ ਲੈ ਭੱਜ ਲੈ ਅਸੀਂ ਤਾਂ ਕੋਈ ਫਾਇਦਾ ਨਹੀਂ ਹੈ ਫਿਰ ਲੌਂਗ ਜੰਪ ਹੈ 3.80 ਮੀਟਰ ਤਿੰਨ ਚਾਂਸ ਫਿਰ ਹਾਈ ਜੰਪ ਹੈ 1.10 ਮੀਟਰ ਤਿੰਨ ਚਾਂਸ ਕੁਆਲੀਫਾਈਂਗ ਹੈ ਭਾਵੇਂ ਤੁਸੀਂ ਹੋਰ ਲੰਬੀ ਮਾਰ ਲਓ ਭਾਵੇਂ ਤੁਸੀਂ 1600 ਮੀਟਰ ਨੂੰ 6.5 ਦੀ ਥਾਂ ਤੁਸੀਂ 5.5 ਮਿੰਟ ਚ ਪੂਰੀ ਕਰ ਲਓ ਕੋਈ ਫਰਕ ਨਹੀਂ ਪੈਂਦਾ ਫਿਰ ਗੱਲ ਕਰਦੇ ਜਿਹੜੇ ਐਕਸ ਸਰਵਿਸਮੈਨ ਨੇ 35 ਸਾਲਾਂ ਤੋਂ ਜ਼ਿਆਦਾ ਉਮਰ ਵਾਲੇ ਉਹਨਾਂ ਲਈ 1400 ਮੀਟਰ ਦੀ ਵਾਕ ਕਰ ਲਓ ਰਨ ਕਰ ਲਓ ਥੋੜੀ ਮਰਜ਼ੀ ਹੈ 12 ਮਿੰਟਾਂ ਤੱਕ ਦਾ ਸਕਾਟ ਕਰਨੇ ਨੇ ਸਿਰਫ 3 ਮਿੰਟਾਂ ਤੱਕ ਮਲੇ 3 ਮਿੰਟ ਦੇ ਅੰਦਰ ਅੰਦਰ ਬਹੁਤ ਹੀ ਸਿੰਪਲ ਹੈ ਕੁੜੀਆਂ ਬਾਰੇ ਗੱਲ ਕਰ ਲੈਨੇ ਆ ਇਹਦੇ ਵਿੱਚ ਵੀ ਇੱਕ ਸਰਵਿਸਮੈਨ ਜਿਹੜੇ 35 ਸਾਲ ਤੋਂ ਘੱਟ ਉਮਰ ਦੇ ਨੇ ਕੁੜੀਆਂ ਲਈ 800 ਮੀਟਰ ਦੀ ਦੌੜ ਦੌੜ ਕਰਨੀ ਹੈ 4.5 ਮਿੰਟ ਦੇ ਵਿੱਚ ਲੌਂਗ ਜੰਪ 3 ਮੀਟਰ ਹਾਈ ਜੰਪ 1 ਮੀਟਰ ਤੋਂ ਵੀ ਘੱਟ ਇੱਕ ਸਰਵਿਸਮੈਨ ਕੁੜੀਆਂ 35 ਸਾਲਾਂ ਤੋਂ ਉੱਤੇ ਦੀਆਂ ਸਿਰਫ ਉਹਨਾਂ ਨੂੰ 800 ਮੀਟਰ ਦੌੜਨਾ ਹੈ 6 ਮਿੰਟਾਂ ਦੇ ਵਿੱਚ ਸਾਰਾ ਕੁਆਲੀਫਾਈਂਗ ਹੈ ਕੋਈ ਮਟਰ ਗੱਸ਼ਤੀ ਨਹੀਂ ਕਰਨੀ ਕੋਈ ਫੁਕਰਾ ਪੰਥੀ ਨਹੀਂ ਕਰਨੀ ਪੂਰੀ ਕਰ ਲੋ ਖਤਮ ਹੈ ਤੇ ਫਿਜ਼ੀਕਲ ਦੀ ਤਿਆਰੀ ਅੱਜ ਤੋਂ ਹੀ ਸ਼ੁਰੂ ਕਰਦੇ ਹੋ ਮੈਂ ਮਜ਼ਾਕ ਵਾਲੀ ਗੱਲ ਨਹੀਂ ਕਹਿ ਰਿਹਾ ਬੱਚੇ ਮੈਂ ਦੇਖੇ ਨੇ ਇੱਕ ਇੱਕ ਦੋ ਦੋ ਤਿੰਨ ਤਿੰਨ ਸੈਕਿੰਡ ਤੋਂ ਵੀ ਰਹਿੰਦੇ ਹੋਏ ਤਾਂ ਫਿਜ਼ੀਕਲ ਨੂੰ ਪਹਿਲਾਂ ਤੋਂ ਹੀ ਤਿਆਰ ਕਰਕੇ ਰੱਖ ਲਓ ਆਪਣੀ ਠੀਕ ਹੈ ਫਿਜ਼ੀਕਲ ਨੂੰ ਪਹਿਲਾਂ ਤੋਂ ਹੀ ਤਿਆਰ ਕਰਕੇ ਰੱਖ ਲਓ ਅਗਲਾ ਚੱਲਦੇ ਆਪਾਂ ਹੁਣ ਜਦੋਂ ਫਾਰਮ ਭਰਨ ਬੈਠੋਗੇ ਨਾ ਕੁਝ ਡਾਕੂਮੈਂਟ ਨੇ ਜਿਹੜੇ ਤੁਹਾਡੇ ਲਈ ਇੰਪੋਰਟੈਂਟ ਨੇ ਜਿੱਦਾਂ ਕਿ ਇੱਕ ਆਈਡੀ ਪ੍ਰੂਫ ਰੱਖ ਲਿਓ ਆਧਾਰ ਕਾਰਡ ਪਾਸਪੋਰਟ ਵੋਟਰ ਆਈਡੀ ਡਰਾਈਵਿੰਗ ਲਿਸੈਂਸ ਪੈਨ ਕਾਰਡ ਥੋਡੀ ਮਰਜ਼ੀ ਪਰਸਨਲ ਡਿਟੇਲਸ ਤੁਹਾਨੂੰ ਆਪਣੇ ਬਾਰੇ ਪਤਾ ਹੈ ਜੀ ਠੀਕ ਹੈ ਜਦੋਂ ਜੇ ਜਾ ਰਹੇ ਹੋ ਕਿਸੇ ਸਾਈਬਰ ਕੈਫੇ ਵਿੱਚ ਲਿਖ ਕੇ ਚੱਲ ਜਾਓ ਆਪਣੇ ਨਾਂ ਦੀ ਪ੍ਰੋਪਰਲੀ ਸਪੈਲਿੰਗ ਫਾਦਰ ਸਾਹਿਬ ਦੀ ਮਦਰ ਦੀ ਠੀਕ ਹੈ ਐਡਰੈਸ ਪ੍ਰੂਫ ਆਪਣਾ ਆਧਾਰ ਕਾਰਡ ਚੱਲ ਜਾਂਦਾ ਹੈ ਐਡਰੈਸ ਪ੍ਰੂਫ ਵੈਲਿਡ ਤੇ ਇੱਕ ਐਕਟਿਵ ਈਮੇਲ ਆਈਡੀ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਨੇ ਕਿਤਾਬ ਮੰਗਾਈ ਹੈ ਪਤਾ ਕੀ ਕਹਿੰਦੇ ਨੇ ਕਿ ਸਰ ਜਿਹੜੇ ਨੰਬਰ ਤੇ ਅਸੀਂ ਕਿਤਾਬ ਮੰਗਾਈ ਸੀ ਉਹ ਮੇਰਾ ਨੰਬਰ ਬੰਦ ਹੋ ਗਿਆ ਐਦਾਂ ਕਿਦਾਂ ਕਰ ਲੈਂ 2 ਸਾਲ ਬਾਅਦ ਆ ਰਹੀ ਹੈ ਹਫਤੇ 7 ਦਿਨ ਬਾਅਦ ਕਤਾਬ ਆਉਂਦੀ ਹੈ ਹਫਤੇ 7 ਦਿਨ ਵਿੱਚ ਤੁਹਾਡਾ ਨੰਬਰ ਕਿੱਦਾਂ ਬੰਦ ਹੋ ਰਿਹਾ ਹੈ ਈਮੇਲ ਆਈਡੀ ਸਰ ਮੈਂ ਚਲਾਉਂਦੀ ਨਹੀਂ ਮੈਨੂੰ ਉਹ ਪਾਸਵਰਡ ਨਹੀਂ ਯਾਦ ਹਫਤੇ ਵੀ ਤੁਹਾਡਾ ਪਾਸਵਰਡ ਭੁੱਲਿਆ ਜਾ ਰਿਹਾ ਹੈ ਥੋੜੇ ਜਿਹਾ ਅਟੈਂਟਿਵ ਬਣੋ ਥੋੜੇ ਜਿਹਾ ਰਿਸਪੋਨਸੀਬਲ ਬਣੋ ਪੇਪਰ ਨਹੀਂ ਪਾਸ ਹੁੰਦੇ ਤਾਂ ਇੱਕ ਈਮੇਲ ਆਈਡੀ ਜਿਹੜਾ ਯੂਜ਼ ਕਰਦੇ ਰਹੋਗੇ ਸਾਲ ਤੱਕ ਘਾਟੋਂ ਘਟ ਸਿਲੈਕਸ਼ਨ ਨਹੀਂ ਹੁੰਦੀ ਰਿਹਾ ਤੱਕ ਫਿਰ ਐਕਟਿਵ ਮੋਬਾਈਲ ਨੰਬਰ ਉਹੀ ਗੱਲ ਹੈ ਮੋਬਾਈਲ ਨੰਬਰ ਸੇਮ ਭਰਨਾ ਪੈਣਾ ਕਿਉਂਕਿ ਜਿਹੜਾ ਐਡਮਿਟ ਕਾਰਡ ਆਇਆ ਕੋਈ ਤੁਹਾਨੂੰ ਬੁਲਾਣਾ ਹੋਇਆ ਤਾਂ ਉਸੇ ਨੰਬਰ ਤੇ ਕਾਲ ਆਉ ਮੈਸੇਜ ਆਉ ਤੇ 10ਵੀਂ ਦਾ ਸਰਟੀਫਿਕੇਟ ਤੁਹਾਡੀ ਏਜ ਦੇ ਲਈ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਚਾਹੀਦੀਆਂ ਨੇ ਨਾਲ ਹੀ ਨਾਲ ਤੁਹਾਨੂੰ ਚਾਹੀਦਾ ਆਪਣੀ ਜਿਹੜਾ ਐਜੂਕੇਸ਼ਨਲ ਕੁਆਲੀਫਿਕੇਸ਼ਨ ਹੋਗੀ ਤੁਹਾਡੀ ਤੁਸੀਂ ਕਹਿੰਨੋ ਵੀ ਮੈਂ ਗ੍ਰੈਜੂਏਸ਼ਨ ਕੀਤੀ ਹੈ ਉਹਦਾ ਲਾਣਾ ਪੈਣਾ ਤੁਹਾਨੂੰ 12ਵੀਂ ਦਾ ਲਾਣਾ ਪੈਣਾ ਤੁਹਾਨੂੰ ਤੇ ਜੇ ਕਿਸੇ ਨੇ ਪੰਜਾਬ ਤੋਂ 12ਵਾਂ ਹੈ ਕੋਈ ਜਾਂ ਫਿਰ ਕਿਸੇ ਨੇ ਐਕਸਟਰਾ ਪੰਜਾਬੀ ਕੁਆਲੀਫਾਈਂਗ ਦਾ ਪੇਪਰ ਦਿੱਤਾ ਜਿੱਦਾਂ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਵਾਲਾ ਉਹ ਵਾਲਾ ਕਾਗਜ਼ਾਤ ਆਪਣੇ ਕੋਲ ਰੱਖਣਾ ਹੈ ਜਿਹੜੇ ਮੰਨ ਲਓ ਤੁਸੀਂ ਕਿਸੇ ਕੈਟਾਗਰੀ ਤੋਂ ਬਿਲੋਂਗ ਕਰਦੇ ਹੋ ਤੁਸੀਂ BC ਤੋਂ ਹੋ SC ਤੋਂ ਹੋ EWS ਤੋਂ ਹੋ ਉਹ ਲਿਖਣਾ ਹੈ ਤੁਹਾਨੂੰ ਆਨਲਾਈਨ ਪੇਮੈਂਟ ਕਿੱਦਾਂ ਕਰੋਗੇ ਇੰਟਰਨੈਟ ਬੈਂਕਿੰਗ ਹੋ ਗਿਆ ਡੈਬਿਟ ਕਾਰਡ ਕ੍ਰੈਡਿਟ ਕਾਰਡ ਜਿੱਦਾਂ ਵੀ ਫੋਟੋ 200 KB ਤੋਂ ਘੱਟ ਹੋਣੀ ਚਾਹੀਦੀ ਹੈ ਸਿਗਨੇਚਰ ਵੀ ਕਰਨੇ ਪੈਣੇ ਉਹ ਵੀ 200 KB ਤੋਂ ਘੱਟ ਇਹ ਨੇ ਜੀ ਇੰਪੋਰਟੈਂਟ ਡਾਕੂਮੈਂਟ ਇੱਥੇ ਅਗਲਾ ਹੁਣ ਐਪਲੀਕੇਸ਼ਨ ਫੀਸ ਦੀ ਗੱਲ ਕਰ ਲੈਣੇ ਆ ਜਿਹੜੇ ਜਨਰਲ ਵਾਲੇ ਬੱਚੇ ਨੇ ਬਹੁਤ ਹਾਈ ਫੀਸ ਰੱਖੀ ਹੋਈ ਆ ਯਾਰ 1150 ਰੁਪਏ ਜਨਰਲ ਵਾਲੇ ਬੱਚਿਆਂ ਲਈ ਜਿਹੜੇ ਐਕ ਸਰਵਿਸਮੈਨ ਨੇ ਉਹਨਾਂ ਲਈ 500 ਰੁਪਈਆ ਜਿਹੜੇ ਐਸਸੀ ਤੇ ਐਸਟੀ ਨੇ ਤੇ ਬੀਸੀ ਨੇ ਉਹਨਾਂ ਲਈ 650 ਰੁਪਈਆ ਈਡਬਲਯੂਐਸ ਲਈ ਵੀ 650 ਰੁਪਈਆ ਜਨਰਲ ਨਾਲ ਤੱਕ ਆ 1150 ਇਸ ਟੂ ਮੱਚ ਬਟ ਕੀ ਕਰ ਸਕਦੇ ਆ ਬੱਚਿਆਂ ਨੇ ਭਰਨਾ ਫੇਰ ਵੀ ਹਰਮਤਾ 1150 ਅਗਲਾ ਵੇਟਿੰਗ ਲਿਸਟ ਇੱਕ ਵਾਰ ਦੁਬਾਰੇ ਨਿਰਾਸ਼ ਕਰਦੇ ਹੋਏ ਪੰਜਾਬ ਪੁਲਿਸ ਈਵਨ ਹਾਈ ਕੋਰਟ ਵਿੱਚ ਗੱਲ ਚੱਲੀ ਹੋਈ ਸੀਗੀ ਉਹ ਤੋਂ ਬਾਅਦ ਵੀ ਇਹਨਾਂ ਡਿਲੇ ਹੋਣ ਤੋਂ ਬਾਅਦ ਵੀ ਨਿਰਾਸ਼ ਕੀਤਾ ਹੈ ਜੀ ਪੰਜਾਬ ਪੁਲਿਸ ਨੇ ਇੱਕ ਵਾਰ ਦੁਬਾਰੇ ਕਲੀਅਰ ਲਿਖ ਦਿੱਤਾ ਕਿ ਕੋਈ ਵੇਟਿੰਗ ਲਿਸਟ ਨਹੀਂ ਹੋਊਗੀ ਤਾਂ ਬਹੁਤ ਹੀ ਦੁੱਖ ਹੈ ਬਟ ਕੀ ਕਰ ਸਕਦੇ ਆ ਜੀ ਹੁਣ ਕੱਢਦਾ ਇਹਨਾਂ ਨੇ ਤਾਂ ਕੱਢਤਾ ਸੀ ਕੁਝ ਨਹੀਂ ਕਰ ਸਕਦੇ ਹੁਣ ਤੱਕ ਇਦਾਂ ਹੀ ਹੁੰਦਾ ਆਇਆ ਜੀ ਅੱਗੇ ਵੀ ਇਦਾਂ ਹੀ ਹੋਊਗਾ ਹੁਣ ਜਦੋਂ ਤੁਹਾਡੀ ਸਿਲੈਕਸ਼ਨ ਹੋ ਜੂਗੀ ਉਹ ਡਾਕੂਮੈਂਟ ਕਿਹੜੇ ਰਿਕੁਆਇਰਡ ਹੋਣਗੇ ਸੇਮ ਡਾਕੂਮੈਂਟ ਤੁਹਾਨੂੰ ਰਿਕੁਆਇਰ ਹੋਣਗੇ ਜੇ ਕਿਤੇ ਕੰਮ ਕਰ ਰਹੇ ਤਾਂ ਐਨਓਸੀ ਵਗੈਰਾ ਹੁੰਦੇ ਨੇ ਉਹਨਾਂ ਬਾਰੇ ਆਪਾਂ ਨਹੀਂ ਜਾਣਦੇ ਤਾਂ ਇਹ ਸੀਗੇ ਜੀ ਸਾਡੀ ਸਾਰੀ ਸਾਰੀ ਨੋਟੀਫਿਕੇਸ਼ਨ ਕੋਈ ਵੀ ਤੁਹਾਨੂੰ ਡਾਊਟ ਹੈ ਕੁਐਸਚਨ ਹੈ ਗਿਲਾ ਹੈ ਸ਼ਿਕਵਾ ਹੈ ਇਸ ਵੀਡੀਓ ਦੇ ਕਮੈਂਟਾਂ ਵਿੱਚ ਤੁਸੀਂ ਦੱਸ ਸਕਦੇ ਹੋ ਮੈਂ ਤੁਹਾਡੀ ਉਹ ਜੋ ਵੀ ਤੁਹਾਡਾ ਡਾਊਟ ਹੋਇਆ ਉਹਨੂੰ ਮੈਂ ਐਡਰੈਸ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰੂੰਗਾ ਬਸ ਉਹਨੂੰ ਮੈਂ ਇੰਨੀ ਗੱਲ ਕਹੂੰਗਾ ਕਿ ਬਸ ਤਿਆਰੀ ਵਿੱਚ ਡਟਜੋ ਠੀਕ ਹੈ 2 ਤੋਂ 3 ਤੋਂ 4 ਘੰਟੇ ਆਪਣੀ ਪੜ੍ਹਾਈ ਨੂੰ ਦੋ ਤੇ ਦਿਨ ਦਾ 1-2 ਘੰਟਾ ਜਾ ਕੇ ਤੁਸੀਂ ਗਰਾਊਂਡ ਤੇ ਵੀ ਲਾਓ ਕਿਉਂਕਿ ਹੁਣ ਤੋਂ ਤਿਆਰੀ ਸ਼ੁਰੂ ਕਰਾਂਗੇ ਤਾਂ ਹੀ ਲੌਂਗ ਟਰਮ ਵਿੱਚ ਅੱਗੇ ਜਾ ਕੇ ਅਸੀਂ ਸਕਸੈਸਫੁਲ ਹੋਵਾਂਗੇ ਤੇ ਇਹਦੀ ਤਿਆਰੀ ਕਰਨ ਲਈ ਬੱਚੇ ਪੰਜਾਬ ਵਾਡਾ 24/7 ਨੇ ਪਰਸੋਂ ਹੀ 27 ਫਰਵਰੀ ਨੂੰ ਹੀ ਇੱਕ ਬੈਚ ਸਟਾਰਟ ਕੀਤਾ ਹੈ ਪੰਜਾਬ ਪੁਲਿਸ ਕਨਸਟੇਬਲ ਦਾ ਸਪੈਸ਼ਲ ਤੇ ਇਹਦਾ ਪ੍ਰਾਈਸ 7383 ਲਾ ਕੇ 1500 ਪੈ ਜਾਂਦਾ ਹੈ ਲੇਕਿਨ ਅੱਜ ਹੈ 29 ਫਰਵਰੀ 4 ਸਾਲਾਂ ਚ ਇੱਕ ਵਾਰ ਆਉਂਦਾ ਤਾਂ ਅੱਜ ਦੇ ਦਿਨ ਇੱਕ ਬਹੁਤ ਹੀ ਖਾਸ ਵੀ ਤੁਹਾਡੇ ਲਈ ਇੱਕ ਆਫਰ ਹੈ ਉਹ ਆਫਰ ਹੈ ਬੱਚੇ ਜਿੱਦਾਂ ਹੁਣ ਪੰਜਾਬ ਪੁਲਿਸ ਕਾਂਸਟੇਬਲ ਹੈ ਅੱਗੇ ਐਸਆਈ ਵੀ ਆਉ ਪਟਵਾਰੀ ਵੀ ਆਉ ਜੇਲ੍ਹ ਵਾਰਡਰ ਆਉ ਐਕਸਾਈਜ਼ ਆਉ ਸਾਰੇ ਆਣਗੇ ਪੇਪਰ ਜਿੱਦਾਂ 12ਵੀਂ ਬੇਸ ਤੇ ਤਾਂ ਉਹ ਸਾਰਿਆਂ ਦੀ ਤਿਆਰੀ ਅਸੀਂ ਕਰ ਸਕਦੇ ਪੰਜਾਬ ਦੇ ਮਹਾਪੈਕ ਚ ਤੇ 2 ਸਾਲਾਂ ਲਈ ਸਿਰਫ 1727 ਚ ਕਿੱਥੇ 1500 ਦਾ ਇੱਕ ਬੈਚ ਕਿੱਥੇ 1727 ਦੇ ਦੋ ਬੈਚ ਇਹ ਸਭ ਕਿੱਦਾਂ ਹੋ ਰਿਹਾ ਹੈ ਡਿਸਕਾਊਂਟ ਕੋਡ ਬੱਚੋ Y383 Y383 ਲਾ ਕੇ ਅੱਗੇ ਆਉਣ ਵਾਲੇ ਜਿਹੜਾ ਪੇਪਰ ਹੋਊਗਾ ਵੀਡੀਓ ਪਟਵਾਰੀ ਜੇਲ ਬਾਰਡਰ ਕਾਨੂੰ ਐਕਸਾਈਜ਼ ਪੰਜਾਬ ਪੁਲਿਸ ਕਲਰਕ ਕੋਆਪਰੇਟਿਵ ਨੈਪ ਕਾਰਪੋਰੇਸ਼ਨ ਸਾਰੇ ਪੇਪਰਾਂ ਦੀ ਤਿਆਰੀ ਇਹਨਾਂ ਸਭ ਦੀਆਂ ਲਾਈਵ ਕਲਾਸ ਆਈ ਰਿਕਾਰਡਡ ਆਈ ਪੇਪਰ ਤੋਂ ਪਹਿਲਾਂ ਮਹੀਨਾ ਰਹੇਗਾ ਸਰ ਰਿਵੀਜ਼ਨ ਬੈਚ ਪੇਪਰ ਤੋਂ ਪਹਿਲਾਂ ਸਰ 20 ਦਿਨ ਰਹੇਗਾ ਸਰ ਕ੍ਰੈਸ਼ ਕੋਰਸ ਹਫਤਾ ਰਹੇਗਾ ਸਰ ਐਮਸੀਕਿਊ ਕਰਾ ਦੋ ਕਿਉਂਕਿ ਪੇਪਰ 'ਚ ਐਮਸੀਕਿਊ ਆਣਗੇ ਤਾਂ ਇਹ ਸਭ ਇਹਦੇ ਵਿੱਚ ਤੁਹਾਨੂੰ ਕਾਊਂਟ ਹੋ ਜਾਊਗਾ ਕੋਈ ਅਲੱਗ ਤੋਂ ਬੈਚ ਲੈਣ ਦੀ ਲੋੜ ਨਹੀਂ ਕੋਈ ਇੰਸਪੈਕਟਰ ਦਾ ਕੋਈ ਕਾਂਸਟੇਬਲ ਕੋਈ ਐਕਸਾਈਜ਼ ਕੋਈ ਸੀਨੀਅਰ ਅਸਿਸਟੈਂ ਦੇਖੋ ਰੈਗੂਲਰ ਡੇਸ ਤੇ ਦਾ ਪ੍ਰਾਈਸ ਹੁੰਦਾ 3219 ਡਿਸਕਾਊਂਟ ਤੋਂ ਬਾਅਦ ਵਾਇਤ ਇੰਤਰਾਸੀ ਲਾ ਕੇ ਅੱਜ ਉਹੀ ਤੁਹਾਨੂੰ ਪੈ ਰਿਹਾ ਸਿਰਫ 1727 ਦਾ ਸਾਰੀਆਂ ਲਾਈਵ ਕਲਾਸਾਂ ਸਾਰੀ ਕ੍ਰੈਸ਼ ਕੋਰਸ A to Z ਮਿਲੂਗਾ ਬਸ ਧਿਆਨ ਰੱਖਿਓ ਡਿਸਕਾਊਂਟ ਕੋਡ ਦਾ ਕਿਉਂਕਿ ਇੱਕ ਚੀਜ਼ ਮੈਂ ਦੇਖੀ ਹੈ ਬੱਚਿਆਂ ਵਿੱਚ ਜਿਹੜੀ ਬੱਚਿਆਂ ਨੂੰ ਸਿਲੈਕਸ਼ਨ ਤੋਂ ਦੂਰ ਖਿੱਚਦੀ ਹੈ ਉਹ ਬੱਚਿਆਂ ਨੂੰ ਅਵੇਅਰਨੈਸ ਨਹੀਂ ਹੈ ਹੁਣ ਜਿੱਦਾਂ ਬੱਚਾ ਪੁੱਛ ਰਿਹਾ ਸਰ ਲੈਵਲ ਕੀ ਹੋਊਗਾ ਬੱਚਾ ਜਿੱਦਾਂ ਪੁੱਛਦਾ ਹੈ ਕਿ ਸਰ ਗਲਤੀਆਂ ਮੈਂ ਦੇਖੀ ਐਕਚੁਅਲੀ ਨਾ ਪੇਪਰ ਤੁਸੀਂ ਦੇਣਾ ਕਾਂਸਟੇਬਲ ਦਾ ਤਿਆਰੀ ਤੁਸੀਂ ਕਰੀ ਬੈਠੋ ਨਾ ਤਹਿਸੀਲਦਾਰ ਦੀ 35 ਨੰਬਰ ਦੀ ਜੀਕੇ ਆਣੀ ਲక్ష్ਮੀ ਕਾਂਤ ਇੰਸਪੈਕਟਰ ਨੂੰ ਤੁਸੀਂ ਫੜੀ ਹੋਈ ਹੈ ਹੈਨਾ ਪੇਪਰ ਦੇਣਾ ਤੁਸੀਂ ਕਾਂਸਟੇਬਲ ਦਾ ਮੈਂ ਤੁਸੀ SSC CGL ਦੀ ਦੇ ਰਿਹਾ ਹਾਂ ਇਹ ਕਿੱਦਾਂ ਗੱਲ ਬਣੀ ਤਾਂ ਉੱਥੇ ਗਾਈਡੈਂਸ ਦੀ ਬਹੁਤ ਜ਼ਰੂਰਤ ਪੈਂਦੀ ਹੈ ਤਾਂ ਗਾਈਡੈਂਸ ਦਾ ਬੈਚ ਵੀ ਤੁਹਾਨੂੰ ਇਹਦੇ ਵਿੱਚ ਫ੍ਰੀ ਆਫ ਕਾਸਟ ਇਨਕਲੂਡਿੰਗ ਮਿਲੇਗਾ ਬਸ ਧਿਆਨ ਕੀ ਰੱਖਣਾ ਹੈ ਉਹਦੇ ਲਈ ਡਿਸਕਾਊਂਟ ਕੋਡ 8383 ਭਰਿਓ ਮੇਰੀ ਮੈਂਟਰਸ਼ਿਪ ਦੇ ਅੰਡਰ ਡਾਇਰੈਕਟ ਤੁਸੀਂ ਆ ਜਾਓਗੇ ਤੇ ਬਾਕੀ ਸਾਰੀਆਂ ਫੈਕਲਟੀਆਂ ਦੀ ਵੀ ਗਾਈਡੈਂਸ ਕਲਾਸ ਤੁਹਾਨੂੰ ਫ੍ਰੀ ਆਫ ਫਰੀ ਆਫ ਕਾਸਟ ਮਿਲ ਜਾਓਗੇ ਠੀਕ ਹੈ ਤਾਂ ਆ ਵੇਖੋ ਜੀ ਕਿੱਦਾਂ انرੋਲ ਕਰ ਸਕਦੇ ਜੇ ਤੁਸੀਂ ਕਰਨਾ ਚਾਹੁੰਦੇ ਜੇ ਸਾਡੇ ਨਾਲ ਅੱਜ انرੋਲ ਕਿਉਂਕਿ ਅੱਜ ਇੱਕ ਇੱਕ ਬੈਚ ਵਿੱਚ انرੋਲ ਕਰਕੇ ਫਾਇਦਾ ਹੀ ਨਹੀਂ ਹੈ ਅੱਜ ਦਾ ਪੰਜਾਬ ਦੇ ਮਹਾਪੈਕ ਉੱਤੇ ਇੰਨਾ ਵਧੀਆ ਤੁਹਾਡੇ ਲਈ ਆਫਰ ਹੈ ਮੈਂ ਕਹਿੰਦਾ ਅੱਜ ਦਾ ਦਿਨ ਬਹੁਤ ਵਧੀਆ ਹੈ ਸਾਡੇ ਸਾਰਿਆਂ ਲਈ ਕਿਉਂ ਕਿ ਜਿੱਦਣ ਸੋਚਿਆ ਕਿ ਜੀ ਆਰ ਤਿਆਰੀ ਸ਼ੁਰੂ ਕਰਦੇ ਆਂ ਉਸ ਦਿਨ ਹੀ ਆਪਣੇ ਕੋਲ ਤਿਆਰੀ ਕਰਨ ਲਈ ਐਡਾ ਵੱਡਾ ਤੋਹਫਾ ਮਿਲਿਆ ਹੋਇਆ ਹੈ ਤਾਂ ਇਹਦੇ ਵਿੱਚ ਬੱਚੇ ਲਾਈਵ ਵੀ ਰਹਿੰਦੀ ਹੈ ਕਲਾਸ ਲਾਈਵ ਨਹੀਂ ਦੇਖ ਸਕਦੇ ਰਿਕਾਰਡਡ ਰਹਿੰਦੀ ਹੈ ਹੁਣ ਵੀਡੀਓ ਖਤਮ ਹੁੰਦੀ ਹੈ ਬੱਚੇ ਕਮੈਂਟਾਂ 'ਚ ਲਿੰਕ ਲੱਗਿਆ ਮਿਲੂ ਇਹ ਪੰਜਾਬ ਮਹਾਪੈਕ ਫॉर 2 ਇਅਰਸ ਇਹ ਡਿਸਕਾਊਂਟ ਕੋਡ Y383 Android ਵਾਲੇ ਵੀਰ ਮੇਰੇ ਅੱਡਾ 247 ਦੀ ਐਪ ਡਾਊਨਲੋਡ ਕਰਕੇ ਰੱਖਣ ਪਹਿਲਾਂ ਹੀ ਲੌਗਇਨ ਕਰ ਲੈਣ ਇਸ ਵੀਡੀਓ ਦੇ ਕਮੈਂਟਾਂ 'ਚ ਜਾ ਕੇ ਲਿੰਕ ਤੇ ਕਲਿੱਕ ਕਰਨ ਤੇ ਐਦਾਂ ਦਾ ਖੁੱਲ ਜਾਊਗਾ ਜਿਹੜੇ ਮੇਰੇ ਆਈਫੋਨ ਵਾਲੇ ਵੀਰ ਨੇ ਉਹ ਐਪ ਨੂੰ ਡਿਲੀਟ ਕਰ ਦਿਓ ਜੇ ਕਿਸੇ ਕੋਲ ਹੈ ਕਿਉਂਕਿ ਐਪ 'ਚ ਨਾ ਡਿਸਕਾਊਂਟ ਲੱਗਦਾ ਹੈ ਤੇ ਜੇ ਡਿਸਕਾਊਂਟ ਨਹੀਂ ਲੱਗਾ ਤੁਹਾਨੂੰ ਗਾਈਡੈਂਸ ਵੀ ਨਹੀਂ ਮਿਲੀ ਹੁਣ ਵੈਸੇ 2000 ਸਸਤਾ ਹੀ ਹੈ ਜੇ 2 ਸਾਲ ਤੱਕ ਦੇ ਆਪਾਂ ਸਾਰੇ ਪੇਪਰ ਦੀ ਗੱਲ ਕਰ ਰਹੇ ਹਣਾ ਗਾਈਡੈਂਸ ਕਲਾਸ ਕ੍ਰੈਸ਼ ਕੋਰਸ ਟੈਸਟ ਸੀਰੀਜ਼ ਈ-ਬੁੱਕ ਮੌਕ ਟੈਸਟ ਸਭ ਲੇਕਿਨ ਗਾਈਡੈਂਸ ਨਹੀਂ ਮਿਲੂਗੀ ਗਾਈਡੈਂਸ ਲਈ Y383/383 ਤੁਸੀਂ ਲਾਣਾ ਹੈ ਤੇ ਆ ਵੇਖੋ ਜੀ ਵੈਬਸਾਈਟ ਉੱਤੇ ਸਾਨੂੰ ਪੈ ਗਿਆ 1817 ਦਾ ਲੇਕਿਨ ਮੈਂ ਜਿੱਦਾਂ ਕਿਹਾ ਆਈਫੋਨ ਵਾਲੇ ਵੀਰਾਂ ਨੂੰ ਇੰਨੇ ਦਾ ਹੀ ਲੈਣਾ ਪੈਣਾ ਕਿਉਂਕਿ ਉਹਨਾਂ ਕੋਲ ਐਪ ਚ ਕੋਡ ਨਹੀਂ ਲੱਗੂਗਾ ਜੇ ਤੁਸੀਂ ਤੁਹਾਡੇ ਕੋਲ ਕਿਸੇ ਕੋਲ ਐਂਡਰੋਇਡ ਦਾ ਫੋਨ ਹੈ ਤਾਂ ਉਹਦੇ ਫੋਨ ਤੋਂ ਬਾਈ ਕਰਕੇ ਆਪਣੇ ਆਈਫੋਨ ਦੀ ਐਪ 'ਚ ਚਲਾ ਲਓ ਐਪ 'ਚ ਚਲ ਜੂਗੀ ਕਲਾਸਾਂ ਉਹਦੀ ਟੈਨਸ਼ਨ ਨਾ ਲਿਓ ਬਾਕੀ ਨਹੀਂ ਐਪ 'ਚ ਜਾ ਕੇ ਕੀ ਕਰਨਾ ਤੁਹਾਨੂੰ Y383 Y383 ਦੇ ਨਾਲ ਤੁਸੀਂ ਕੌਇਨਸ ਵਰਤ ਲੈਣੇ ਤੇ ਇਹੋ ਚੀਜ਼ ਕਿੰਨੇ ਦੀ ਪੈ ਜਾਂਦੀ ਹੈ ਸਿਰਫ 1727 ਦੀ ਪੈ ਜਾਂਦੀ ਹੈ ਪੂਰੇ 2 ਸਾਲਾਂ ਲਈ Y383 ਲਾ ਕੇ ਤੁਸੀਂ ਮੇਰੇ ਗਰੁੱਪ ਵਿੱਚ ਐਡ ਹੋ ਜਾਂਦੇ ਹੋ ਉੱਥੇ ਤੁਹਾਨੂੰ ਟਾਸਕ ਦਿੱਤੇ ਜਾਂਦੇ ਨੇ ਜਿੱਦਾਂ ਤੁਸੀਂ ਕਰੋਗੇ ਮੇਰੇ ਕੋਲ ਮੈਸੇਜ ਆ ਜਾਊਗਾ ਤੁਹਾਡੇ ਕੋਲੋਂ ਮੈਂ ਮੰਗੂਗਾ ਕਿ ਆਪਣੀ ਈਮੇਲ ਆਈਡੀ ਦੋ ਤੁਹਾਨੂੰ ਵੈਰੀਫਾਈ ਕਰਕੇ ਆਪਣੇ ਗਰੁੱਪ ਚ ਐਡ ਕਰ ਦੂੰਗਾ ਉੱਥੇ ਗਾਈਡੈਂਸ ਕਲਾਸ ਹੋਊ ਆਪਣੀ ਉੱਥੇ ਤੁਹਾਨੂੰ ਟਾਸਕ ਦਿੱਤੇ ਜਾਣਗੇ ਉੱਥੇ ਵਧੀਆ ਤਰੀਕੇ ਨਾਲ ਸਾਰੇ ਲਾਈਕ ਮਾਈਂਡਡ ਬੱਚਾ ਨਾਲ ਤਿਆਰੀ ਹੋਊਗੀ ਉਸ ਗਰੁੱਪ ਦੇ ਵਿੱਚ ਕੋਈ ਪਕਾਈ ਨਹੀਂ ਹੈ ਸਿਰਫ ਟਾਸਕ ਨੇ ਸਿਰਫ ਸਵਾਲ ਤੇ ਸਿਰਫ ਜਵਾਬ ਨੇ ਤੇ Y383 ਲਾ ਕੇ ਬਾਕੀ ਫੈਕਲਟੀ ਦੀ ਵੀ ਗਾਈਡੈਂਸ ਕਲਾਸ ਮਿਲ ਜਾਊਗੀ ਜਦੋਂ ਵੀ ਇਹ ਵੀਡੀਓ ਦੇਖ ਰਹੇ ਹੋ جا کے گوگل ਤੇ ਜਾ ਕੇ ਭਾਵੇਂ ਪੰਜਾਬ ਮਹਾਪੱਕ ਸਰਚ ਕਰ ਲਿਓ ਪਹਿਲੇ ਲਿੰਕ ਤੇ ਕਲਿੱਕ ਕਰਕੇ ਡਿਸਕਾਊਂਟ ਕੋਡ ਸਾਹਮਣੇ ਭਰ ਲਿਓ ਨਹੀਂ ਇਸ ਵੀਡੀਓ ਦੇ ਲਿੰਕ ਦੇ ਵਿੱਚ ਇਹ ਕਮੈਂਟਾਂ ਦੇ ਵਿੱਚ ਇਹ ਲਿੰਕ ਲੱਗਿਆ ਹੋਊਗਾ ਆਈਸਾਈਟ ਬਾਰੇ ਕੁਝ ਗੱਲ ਨਹੀਂ ਕੀਤੀ ہوئی ਬੱਚੇ ਇਹਦੇ ਦੇ ਵਿੱਚ ਠੀਕ ਹੈ एग्जाम ਦਾ ਲੈਵਲ ਕੀ ਹੋਊਗਾ एग्जाम ਦਾ ਲੈਵਲ ਘਟ ਹੋਊਗਾ ਆਪਣੇ ਆਪ ਸੋਚ ਬੱਚੇ 12ਵੇਂ ਲੈਵਲ ਦਾ ਪੇਪਰ ਹੈ ਕਿੰਨਾ ਹੀ ਔਖਾ ਬਣਾ ਲੈਣਗੇ ਬਟ ਬੱਚੇ ਜਿਆਦਾ ਭਰਨਗੇ ਤਾਂ ਕੱਟ ਆਫ ਹਾਈ ਜਾਊਗੀ ਠੀਕ ਹੈ ਚਲੋ ਮਿੱਤਰੋ ਧਿਆਨ ਰੱਖੋ ਪੜਦੇ ਰਹੋ 올 द बेस्ट ਸਤਿ ਸ਼੍ਰੀ ਅਕਾਲ ਜੈ ਹਿੰਦ ਜੈ ਭਾਰਤ ਐਂਡ ਜੈ ਪੰਜਾਬ